ਹੈ ਭਾਰਤ ਜੀ। ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਮਲੇਰਕੋਟਲਾ ਦੇ ਵਿੱਚ 14 ਅਪ੍ਰੈਲ ਦਿਨ ਐਤਵਾਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਪੂਰੇ ਮਲੇਰਕੋਟਲੇ ਦੀ ਪਰਿਕਰਮਾ ਕਰਕੇ ਵਾਪਸ ਸ੍ਰੀ ਗੁਰੂ ਅਰਦਾਸ ਨਗਰ ਪਹੁੰਚੇਗੀ ਔਰ ਸ੍ਰੀ ਗੁਰੂ ਅਰਦਾਸ ਨਗਰ ਦੇ ਵਿੱਚੋਂ ਹੀ ਇਹ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ ਜੀ। ਸਾਰੀ ਹੀ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ, ਯੋਗਦਾਨ ਪਾਓ ਜੀ। ਬਾਕੀ ਜੋ ਵੀ ਸਾਡੇ ਵੀਰਾਂ ਦੀਆਂ ਕਮੇਟੀਆਂ ਸੰਸਥਾ ਬਣੀਆਂ ਹੋਈਆਂ ਹਨ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਨਾਮ 'ਤੇ, ਸਤਿਗੁਰੂ ਗੁਰਦਾਸ ਮਹਾਰਾਜ ਜੀ ਦੇ ਨਾਮ 'ਤੇ, ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦੇ ਨਾਮ 'ਤੇ ਜੋ ਵੀ ਸੰਸਥਾ ਬਣੀਆਂ ਹੋਈਆਂ ਹਨ, ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਜ਼ਰੂਰ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਵੋ। ਇਹ ਸ਼ੋਭਾ ਯਾਤਰਾ ਬੇਗਮਪੁਰਾ ਏਕਤਾ ਦਲ ਮਲੇਰਕੋਟਲਾ ਵੱਲੋਂ ਕੱਢੀ ਜਾ ਰਹੀ ਹੈ। ਇਸ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਵੱਧ ਚੜ੍ਹ ਕੇ ਇਸ ਸ਼ੋਭਾ ਯਾਤਰਾ ਵਿੱਚ ਹੁੰਮ ਹਵਾ ਕੇ ਪਹੁੰਚੋ ਜੀ। ਇਹ ਸ਼ੋਭਾ ਯਾਤਰਾ 14 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9 ਵਜੇ ਸ੍ਰੀ ਗੁਰੂ ਰਵਿਦਾਸ ਨਗਰ ਦੇ ਵਿੱਚੋਂ ਤੋਰੀ ਜਾਵੇਗੀ ਜੀ। ਔਰ ਸਾਰੀ ਸੰਗਤ ਨੂੰ ਬੇਨਤੀ ਹੈ, ਜੈ ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ, ਜੈ ਸੰਤਾਨ, ਜੈ ਭੀਮ।